ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 4 ਅਸ਼ਟਪਦੀਆਂ ਕਰ 11 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ आप है आप खाए हाउ मेट अन दिन हर रस गीत गवैया आप है आप खाए हाउ मेट अन दिन हर रस गीत गवैया गुरुमुख परचय कंचन काया निरप ज्योति ज्योत मिलैया <coughs> मैं हर हर नाम आधार रमैया खिन पल रह न सको बिना नावै गुरमुख हर हर पाठ पढ़ैया रहा एक गिरोह दस द्वार हैं जाके एहस तस्कर पंच चोर लगैया धर्म अर्थ सब हिरे ले जावे मनमुख अंधुले खबर ना पईया कंचन कोट बहुमानक भरया जागे ज्ञान तत् लिव लैया तस्कर हेरू आए लुकाने गुरु कै शब्द ਪਕੜ ਬੰਦ ਪਈਆ ਹਰ ਹਰ ਨਾਮ ਪੂਤ ਬੋਹੀ ਥਾ ਖੇਵਟ ਸ਼ਬਦ ਗੁਰਪਾਰ ਲੰਘਈਆ ਜਮ ਜਾ ਕਾਤੀ ਨੇੜ ਨ ਆਵਹਿ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵਹਿ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਹੰਤ ਨ ਲਹੀਆ ਗੁਰਮੁਖ ਮਨਵਾ ਇਕਤ ਕਰਿ ਆਵੈ ਮਿਲਹੁ ਗੋਪਾਲ ਨਿਸਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸਰਵਨ ਬਾਣੀ ਗੁਰ ਸ਼ਬਦ ਸੁਨਈਆ ਸੁਨ ਸੁਨਿਆਤਮ ਦੇਵ ਹੈ ਭੀਨੇ रस रस राम गोपाल रवैया त्रै गुण माया व्यापे तुरिया गुण है गुरमुख लहिया एक दृष्ट सब समकर जान <coughs> नदरियावै सब ब्रह्म पसरिया राम नाम है ज्योत सबाई गुरमुखया यापे अलख लखैया ਨਾਨਕ ਦੀਨ ਦਿਆਲ ਭਏ ਹੈ ਭਗਤ ਪਾਏ ਹਰ ਨਾਮ ਸ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀਨ ਸਤਸੰਗਤ ਜੀਓ ਮਹਾਰਾਜ ਜੀ ਨੇ ਅપરਪਾਰ ਬਖਸ਼ਿਸ਼ ਕੀਤੀ ਸੰਧਿਆ ਸਮੇ ਅਸੀਂ ਸਤਸੰਗਤ ਦਾ ਸਮਾਂ ਮਾਣ پا ਰਹੇ ਹਾਂ ਗੁਰਸ਼ਬਦ ਵਿਆਖਿਆਨ ਅੰਦਰ ਰਾਗ ਬਿਲਾਵਲ ਦੇ ਗੁਰੂ ਰਾਮਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤੇ ਗਏ ਅਸ਼ਟਪਦੀਆਂ ਦੇ ਸੰਦੇਸ਼ ਸਾਨੂੰ ਪ੍ਰਾਪਤ ਨੇ। ਵਚਨ ਬੀਤੇ ਕੱਲ ਪ੍ਰారంਭ ਕੀਤਾ ਸੀ। ਆਪਨੇ ਇਸ ਦਾ ਰਹਾਉ ਦਾ ਬੰਦ ਤੇ ਸ਼ੁਰੂਆਤੀ ਪਦਾ ਵਿਆਖਿਆ ਵਿੱਚ ਸਰਵਨ ਕੀਤਾ। ਅੱਜ ਯਤਨ ਕਰਾਂਗੇ। ਜੁਗਲੇਰਾ ਸ਼ਬਦ ਬਣਦਾ ਉਸ ਨੂੰ ਵੱਧ ਤੋਂ ਵੱਧ ਵਿਚਾਰ ਸਕੀਏ। ਰਹਾਉ ਤੇ ਪਦੇ ਤੋਂ ਹੀ ਵਿਚਾਰ ਪ੍ਰారంਭ ਕਰ ਰਹੇ ਹਾਂ ਗੁਰਦੇਵ ਜ਼ਿਕਰੇ ਕਰ ਰਹੇ ਸੀਗੇ ਮੈਂ ਹਰ ਹਰ ਨਾਮ ਆਧਾਰ ਰਮਈਆ ਆਪਣੇ ਆਪੇ ਨਾਲ ਬਾਤ ਪਾਈ ਸਾਨੂੰ ਸਿਖਾਇਆ ਆਪਣੇ ਆਪ ਨਾਲ ਅਸੀਂ ਗੱਲ ਕਰਨੀ ਹੈ ਤੇ ਉਹਦੇ ਵਿੱਚ ਕਹਿਣਾ ਕੀ ਹੈ ਹਰ ਹਰ ਨਾਮ ਆਧਾਰ ਰਮਈਆ ਜ਼ਿੰਦਗੀ ਦਾ ਆਧਾਰ ਅਕਾਲ ਪੁਰਖ ਵਹਿਗੁਰੂ ਦੀ ਨਾਮ ਤੇ ਉਹਦੀ ਆਸਥਾ ਹੋਏ ਉਹ ਆਸਥਾ ਕਿਸੇ ਸੁਪਰਫਿਸ਼ੀਅਲ ਲੈਵਲ ਦੇ ਬਲੀਵ ਸਿਸਟਮ ਵਿੱਚੋਂ ਨਾ ਆਵੇ ਬਲਕਿ ਇੱਕ ਯੂਨੀਵਰਸਲ ਜੋ ਨੌਲੇਜ ਇੱਕ ਯੂਨੀਵਰਸਲ ਜੋ ਗਿਆਨ ਆ ਉਹਦੇ ਵਿੱਚੋਂ ਆਏ ਕਿ ਉਸ ਰਮੀ ਹੋਈ ਹਸਤੀ ਨੂੰ ਅਹਸਾਸੀ ਹੈ ਜੋ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ ਇਬਾਦਤ ਉਹਦੀ ਕਰੀਏ ਜੋ ਕਰਨ ਦੇ ਸਮਰੱਥ ਹੈ ਜੋ ਜਿਦੀ ਕਰਨੀ ਬਣਦੀ ਹੈ ਜਿਸ ਨੂੰ ਅਸੀਂ ਵਾਕਿਆਚੀ ਆਸਥਾ ਦੇ ਸਮਰੱਥ ਸਮਝਦੇ ਹਾਂ ਸੋ ਬਚਨ ਇਹ ਹੈ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਰ ਰਹਿ ਨ ਸਕੂੰ ਬਿਨ ਨਾਮ ਹੈ ਗੁਰਮੁਖ ਹਰ ਹਰ ਪਾਠ ਪੜਈਆ ਜਦੋਂ ਸਮਝ ਆ ਗਈ ਤੇ ਫਿਰ ਇੱਕ ਨਿਮਖ ਪੱਲੀ ਵੀ ਉਸ ਨਾਮ ਤੇ ਨਾਮੀ ਤੋਂ ਬਿਨਾ ਰਹਿਣਾ ਜਿਦਾ ਮੂੰਹ ਗੁਰੂ ਵਾਲੇ ਪਾਸੇ ਉਹਦੇ ਲਈ ਪੋਸੀਬਲ ਨਹੀਂਗਾ ਗੁਰਮੁਖ ਹਰ ਹਰ ਪਾਠ ਪੜਈਆ ਜੋ ਗੁਰੂ ਆਸ਼ੇ ਮੁਤਾਬਕ ਜੀਵਨ ਦੀਆਂ ਸੋਚਾਂ ਨੂੰ اختیار ਕਰ ਰਿਹਾ ਆ ਮੀਨ ਅਡਾਪਟ ਕਰ ਰਿਹਾ ਉਸ ਲੈਵਲ ਤੇ ਉਹ ਫਿਰ ਉਸ ਪਾਠ ਨੂੰ ਪੱਕੇ ਤੌਰ ਤੇ ਪੜ ਲੈਂਦਾ ਉਹਨੂੰ ਯਾਦ ਕਰਦਾ ਉਸ ਨੂੰ ਜੀਵਨ ਦਾ ਇਹ ਸਬਕ ਸਭ ਤੋਂ ਬੇਸ਼ਕੀਮਤੀ ਲੱਗਦਾ ਇਹ ਰਹਾਉ ਦਾ ਬੰਦ ਹੈ 2 ਨੰਬਰ ਪਧਾਇਆ 1 ਗਿਰਹੋਂ ਦਸ ਦੁਆਰ ਹੈ ਜਾ ਕੇ ਐਨਸ ਤਸਕਰ ਪੰਚਚੋਰ ਲਗਈਆ ਕਹਿਣ ਨੂੰ ਸਾਡੀ ਅੱਜ ਦੀ ਬਾਡੀ ਹੈ ਇਟਸ ਅ ਸਿੰਗਲ ਯੂਨਿਟ ਬਟ ਇਫ ਵੀ ਟ੍ਰਾਈ ਟੂ ਐਚਲੀ ਅੰਡਰਸਟੈਂਡ ਇਟ ਦੈਨ ਵੀ ਕੈਨ ਸੀ ਥਿਸ ਸਿੰਗਲ ਯੂਨਿਟ ਇਜ਼ ਕੈਰੀਂਗ ਡਿਫਰੈਂਟ ਕਾਈਂਡ ਆਫ ਪ੍ਰੋਪਰਟੀਆਂ ਐਂਡ ਡਿਫਰੈਂਟ ਕਾਈਂਡ ਆਫ ਐਮੈਨਿਟੀਜ਼ ਸਚ ਐਸ ਅੱਖਾਂ ਨੰ ਮੋਨਕ ਜਿਹੜੇ ਸਾਡੇ ਇਹ ਸਾਰੀਆਂ ਸੈਂਸਸ ਨੇ ਇੰਦਰੀ ਨੇ ਸਾਰੇ ਲੈ ਲਓ ਤੁਸੀਂ ਹੁਣ ਸੁਪੋਜ਼ ਮਤਲਬ ਆਪ ਅਸੀਂ ਵੱਡੇ ਇਸ ਤਰੀਕੇ ਦੇ ਨਾਲ ਜੀਵਨ ਨੂੰ ਜੀਣ ਦੇ ਆਦੀ ਹੋ ਜਾਂਦੇ ਆ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਟ੍ਰੇਨਡ ਹੋ ਜਾਂਦੇ ਆ ਕੁਝ ਚੀਜ਼ਾਂ ਦੇ ਵਿੱਚ ਤੇ ਟ੍ਰੇਨਿੰਗ ਵਿੱਚ ਹੀ ਤੁਰੇ ਜਾਂਦੇ ਆ ਸਾਰੀ ਟੂ ਸੇ ਜਿਵੇਂ ਗੁਰਦੁਆਰਾ ਸਾਹਿਬ ਬੈਠਣ ਦੀ ਟ੍ਰੇਨਿੰਗ ਆ ਟ੍ਰੇਨਿੰਗ ਹੋ ਜਾਂਦੀ ਸਾਡੀ ਆ ਕੇ ਬੈਠ ਜਾਨੇ ਆ ਜਿਵੇਂ ਮੇਰਾ ਬੋਲਣਾ ਇੱਕ ਟ੍ਰੇਨਿੰਗ ਆ ਟ੍ਰੇਨਿੰਗ ਹੋ ਗਈ ਮੌਸੂਤ ਟਾਈਮ ਜੋ ਕਿਰਿਆ ਹੋ ਰਹੀ ਹੈ ਉਧ ਚ ਕੋਈ ਬਹੁਤਾ ਪਾਰਟਿਸਪੇਸ਼ਨ ਨਹੀਂ ਹੁੰਦਾ ਪਰ ਅਸੀਂ ਹੈਗੇ ਆ ਮੈਂ ਬੋਲ ਰਿਹਾ ਇੱਕ ਟ੍ਰੇਨਿੰਗ ਹੈ ਮੇਰੀ ਆਪ ਬੈਠੋ ਟ੍ਰੇਨਿੰਗ ਹੈ ਆਪਣੀ ਹਾਈ ਕਰਨੀ ਹਾਰਡ ਆ ਹੌਲੀ ਹੌਲੀ ਕਰਕੇ ਇੱਕ ਤਰ੍ਹਾਂ ਦੇ ਨਾਲ ਆ ਇਹ ਦੇਸੀ ਹਬਚਲ ਹੋ ਜਾਣਿਆ ਆਪਨੇ ਕਦੀ ਇਸ ਨੂੰ ਬਹੁਤ ਸਿੰਪਲ ਢੰਗ ਨਾਲ ਦੇਖਣਾ ਹੋਏ ਨਾ ਤੇ ਸਪੋਜ਼ ਤੁਸੀਂ ਹਰ ਰੋਜ਼ ਸੇਮ ਟਾਈਮ ਤੇ ਕਿਤੇ ਕੰਮ ਤੇ ਜਾਂਦੇ ਹੋ ਇੱਕ ਰੋਡ ਲੈ ਕੇ ਤੇ ਕਿਸੇ ਦਿਨ ਕੀ ਹੋਏ ਉਸੇ ਟਾਈਮ ਦੇ ਉੱਤੇ ਤੁਸੀਂ ਕਿਸੇ ਹੋਰ ਕੰਮ ਲਈ ਚੱਲੇ ਹੋ ਜੇ ਬਹੁਤ ਚੇਤਨ ਨਹੀਂ ਹੈਗੇ ਇਫ ਯੂ ਆਰ ਨੋਟ ਦੈਟ ਮਚ ਅਵੇਅਰ ਦੈਟ ਯੂ ਆਰ ਗੋਇੰਗ ਸਮਵੇਅਰ ਐਲਸ ਤੇ ਤੁਸੀਂ ਥੋੜੀ देर ਬਾਅਦ ਦੇਖੋ ਗੱਡੀ ਉਸੇ ਰੋਡ ਤੇ ਕੰਮ ਤੇ ਜਾ ਖੜੀ ਹੋਏਗੀ ਟ੍ਰੇਨਿੰਗ ਇਹ ਚੀਜ਼ਾਂ ਹੁੰਦੀਆਂ ਰੂਟੀਨ ਚ ਹੁੰਦੀਆਂ ਨੇ ਬੱਚੇ ਨੂੰ ਜਦੋਂ ਤੁਸੀਂ ਦੇਖਦੇ ਆ ਨਾ ਬੱਚੇ ਨੂੰ ਕਿਸੇ ਕੰਮੇ ਲਾਓ ਤੇ ਸਾਨੂੰ ਲੱਗਦਾ ਵੀ ਬੜਾ ਮਾਮੂਲੀ ਜਿਹਾ ਟਾਸਕ ਆ ਵੀ ਇਹਨੂੰ ਇੰਨਾ ਹੀ ਕਹਿ ਬਿ ਵੈਕਿਊਮ ਹੀ ਕਰਨਾ ਇਹਨੇ ਇਹ ਵੈਕਿਊਮ ਹੀ ਨਹੀਂ ਕਰ پا ਰਿਹਾ ਇਹ ਮਤਲਬ ਕਦੀ ਇੱਧਰ ਦੇਖ ਰਿਹਾ ਕਦੀ ਇਸ ਪਾਸੇ ਭਈ ਗੱਲ ਇਹ ਹੈ ਕਿ ਉਹ ਟ੍ਰੇਨ ਨਹੀਂ ਕਾ ਉਹਦੇ ਵਾਸਤੇ ਤੇ ਬਾਕੀ ਜਿਹੜੀਆਂ ਸੈਂਸਸ ਸਾਰੀਆਂ ਉਹਨੂੰ ਬੌਦਰ ਕਰ ਰਹੀਆਂ ਨੇ ਜੋ ਨੂੰ ਹੱਥ ਦਾ ਕੰਮ ਦਿੱਤਾ ਆ ਹੱਥ ਕਹਿੰਦਾ ਵੀ ਇਸ ਤਰੀਕੇ ਨਾਲ ਫੇਰਨਾ ਠੀਕ ਆ ਅੱਖਾਂ ਅੱਖਾਂ ਨੂੰ ਹੋਰ ਰੰਗ ਵੀ ਦਿਸਦੇ ਆਲੇ ਦੁਆਲੇ ਕੰਨਾਂ ਨੂੰ ਕੁਝ ਹੋਰ ਆਵਾਜ਼ ਸੁਣਦੀ ਐ ਕਾਗਨੀਸ਼ਨ ਫੰਕਸ਼ਨਿੰਗ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਐ ਸੇ ਕਿਤਨੀਆਂ ਇੱਕੋ ਸਮੇਂ ਜਿਹੜੀਆਂ ਡਿਫਰੈਂਟ ਕੰਪੋਨੈਂਟਸ ਤੇ ਪ੍ਰੋਪਰਟੀਆਂ ਨੇ ਦੇ ਦੇ ਆਰ ਇਨਵੋਲਡ ਇਨ ਐਚਲੀ ਥਿਸ ਇੰਡੀਵਿਜੂਅਲ ਐਂਡ ਡੂ ਟੂ ਥੈਟ ਰੀਜ਼ਨ ਥੈਟ ਇੰਡੀਵਿਜੂਅਲ ਇਜ਼ ਨੋਟ ਏਬਲ ਟੂ ਫੋਕਸ ਟੁਵਰਡ ਹਿਸ অর ਹਰ ਓਨ ਟਾਸਕ ਆ ਜਿਹੜੀ ਰੂਪਤਾ ਆ ਇਹਨੂੰ ਹੁਣ ਮੈਂਟਲ ਹੈਲਥ ਦੇ ਵਿੱਚ ਜਾਂ ਹਿਊਮਨ ਬਿਹੇਵੀਅਰ ਵਾਲੀ ਸਾਈਡ ਤੋਂ ਬੜੇ ਸਵਿਸਟਿਕੇਟਿਡ ਵੇ ਦੇ ਨਾਲ ਬੜੇ ਡਿਟੇਲਡ ਵੇ ਦੇ ਨਾਲ ਡਿਸਕਸ ਕੀਤਾ ਜਾਂਦਾ ਹੈ ਬਾਣੀ ਚ ਦੀ ਬੜੀ ਗੱਲ ਹੈ ਬਾਣੀ ਇਹ ਕਹਿੰਦੀ ਹੈ ਕਿਸ ਤੋਂ ਪਹਿਲਾਂ ਤੋਂ ਆਪਣੇ ਆਪੇ ਨੂੰ ਜੱਜ ਕਰੇ ਆ ਸਾਰੀਆਂ ਚੀਜ਼ਾਂ ਨੂੰ ਦੇਖ ਧਿਆਨ ਦੇ ਨਾਲ ਗ੍ਰਹੋ ਤੇਕ ਕੀ ਹੈ ਪਿੰਡ ਤੇਕ ਹੈ ਇਹ ਸਾਰੇ ਦਾ ਮਤਲਬ ਇੱਕ ਜਗ੍ਹਾ ਤੇ ਕਹਿ ਲੋ ਕਿ ਸੰਮੇਲ ਇੱਕ ਤਰ੍ਹਾਂ ਦਾ ਜਿਹੜੇ ਇਹਨਾਂ ਦਾ ਯੂਨਿਟ ਤੇ ਕੀ ਹੈ ਪਰ ਇਸ ਯੂਨਿਟ ਦੇ ਵਿੱਚ ਇਹ ਇੰਡੀਪੈਂਡੈਂਟ ਰੂਪ ਦੇ ਵਿੱਚ ਇੱਕ ਐਮਿਨਿਟੀਆਂ ਹੈਗੀਆਂ ਨੇ ਇੰਡੀਪੈਂਡੈਂਟ ਵੇ ਦੇ ਨਾਲ ਇਹ ਸਾਰੀਆਂ ਸਾਰੇ ਦੇ ਸਾਰੇ ਫੋਰਸਸ ਹੈਗੀਆਂ ਨੇ ਤੇ ਇਹਨਾਂ ਸਾਰੀਆਂ ਦਾ ਆਪ ਆਪਣਾ ਕਾਰਜ ਆ ਜਿਵੇਂ ਇਨੂੰ ਹੋਰ ਸਰਲ ਕਰ ਲਿਆ ਜਾਏ ਅਸੀਂ ਆ ਗੱਡੀਆਂ ਭਜਦੀਆਂ ਦੇਖਦੇ ਆ ਮੋਸਟਲੀ ਜਿਹੜੇ ਜਿੰਨੇ ਵੀ ਆ ਆਟੋਮੋਬਿਲਿਟੀਜ਼ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇੱਕ ਫੋਰਸ ਆ ਉਹ ਫੋਰਸ ਜਿਹੜੀ ਹੈ ਉਹ ਕੰਮ ਕਰਨ ਚ ਹੈਲਪ ਕਰਦੀ ਸਾਨੂੰ ਜਿਸ ਫੋਰਸ ਨੂੰ ਤੁਸੀਂ ਦੇਖੋਗੇ ਤੇ ਉਹ ਸਾਰੇ ਦੇ ਵਿੱਚ ਕਿੰਨੇ ਕਿਤਨੇ ਡਿਫਰੈਂਟ ਡਿਫਰੈਂਟ 엘ਿਮੈਂਟਸ ਜੁੜੇ ਹੁੰਦੇ ਨੇ ਡਿਫਰੈਂਟ ਡਿਫਰੈਂਟ ਜਿਹਨੂੰ ਕਹਿ ਲਓ ਕਿ ਆ ਜਿਹੜੇ ਉਹਦੇ ਪੁਰਜ਼ ਪੁਰਜੇ ਨੇ ਜਿਹੜੇ ਉਹਦੀਆਂ ਛੋਟੇ ਛੋਟੇ ਪਾਰਟਸ ਨੇ ਤੇ ਉਹ ਪਾਰਟਸ ਸਾਰੇ ਕੰਮ ਕਰਦੇ ਪਰ ਕੰਮ ਕਰਦੇ ਕਿਸੇ ਟਾਈਮਿੰਗ ਵਿੱਚ ਜੋ ਟਾਈਮਿੰਗ ਥੋੜੀ ਜਿਹੀ ਸੱਜੇ ਖੱਬੇ ਹੋ ਜਾਈ ਉਹ ਜਿਹੜੀ ਖਾਸ ਕਰਕੇ ਉਹ ਜਿਹੜਾ ਇੱਕ ਤਰ੍ਹਾਂ ਦਾ ਉਹ ਇੰਜਨ ਹੈ ਉਹ ਜਿਹੜੀ ਫੋਰਸ ਹੈ ਉਹ ਆਪਣੇ ਆਪ ਨੂੰ ਆਪ ਹੀ ਖਤਮ ਕਰ ਦੇਗੀ ਟੁੱਟ ਜੇਗਾ ਰਾਈਟ ਹੋਏ ਕਿਉਂਕਿ ਸਾਰੇ ਦੀ ਟਾਈਮਿੰਗ ਇੱਕ ਸੈੱਟ ਹੋਣੀ ਚਾਹੀਦੀ ਜਿਸ ਨੇ ਇੱਥੇ ਜਾਣਾ ਉਹਨੇ ਉਸੇ ਟਾਈਮ ਤੇ ਉੱਥੇ ਜਾਣਾ ਦੂਜੇ ਨੇ ਥੋਂ ਨਿਕਲਣਾ ਸਾਰਾ ਪੂਰੀ ਇੱਕ ਤਰ੍ਹਾਂ ਦਾ ਰਿਦਮ ਹੈ ਉਹ ਪੂਰਾ ਮਿਊਜ਼ਿਕ ਹੈ ਪੂਰਾ ਦਾ ਪੂਰਾ ਪੂਰ ਦੀ ਪੂਰੀ ਇੱਕ ਡਿਸਪਲਨ ਹੈ ਜਿਉ ਡਿਸਪਲਨ ਕਿਤੇ ਟੁੱਟਾ ਤੋ ਨਾਲ ਦੇ ਨਾਲ ਫਨਾ ਹੈ ਜਿਹੜੀ ਸਾਡੀ ਵੀ ਇਹ ਸਾਰੀ ਚੀਜ਼ ਹੈ ਨਾ ਇਹ ਵੀ ਕਿਸੇ ਡਿਸਪਲਨ ਨੇ ਚੱਲੇ ਜੇ ਡਿਸਪਲਨ ਟੁੱਟੇਗਾ ਤੇ ਲੋੜ ਹੀ ਨਹੀਂ ਬਾਹਰੋਂ ਕਿਸੇ ਨੂੰ ਬਰਬਾਦ ਕਰਨ ਦੀ ਤਬਾਹ ਕਰਨ ਦੀ ਸਾਨੂੰ ਸਾਡਾ ਆਪਣੇ ਆਪੇ ਆਪਣੇ ਆਪ ਵਿੱਚ ਜਿਹੜਾ ਹੈਗਾ ਤੇ ਬੰਦਾ ਇਸੇ ਕਰਕੇ ਕਹਿੰਦਾ ਮੈਂ ਇਰੀਟੇਟ ਹੋ ਰਿਹਾ ਮੈਂ ਬਾਦਰ ਹੋ ਰਿਹਾ ਮੇਰਾ ਮੂਡ ਨਹੀਂ ਠੀਕ ਕੀ ਹੋਇਆ ਕਿਸੇ ਨੇ ਤਾਂ ਕੁਝ ਨਹੀਂ ਕਿਹਾ ਹਾਂ ਕਿਸੇ ਨੇ ਕੁਝ ਨਹੀਂ ਕਿਹਾ ਭਾਈ ਕਿਉਂਕਿ ਅਲਾਈਨਮੈਂਟ ਹੀ ਨਹੀਂ ਬੈਠ ਰਹੀ ਅੱਖਾਂ ਕਿਸੇ ਪਾਸੇ ਦੌੜ ਰਹੀਆਂ ਨੇ ਕੰਨ ਕਿਸੇ ਪਾਸੇ ਮੂੰਹ ਨੂੰ ਇਹ ਨਹੀਂ ਪਤਾ ਲੱਗਦਾ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਹਾਲਤੇ ਬਣ ਗਈ ਹੈ ਸਟਮਕ ਕੁਝ ਕਹਿ ਰਿਹਾ ਉਹਦੀ ਉਹ ਨੂੰ ਮੈਂ ਨਹੀਂ ਸੁਣ ਪਾ ਰਿਹਾ ਉਹ ਮੈਨੂੰ ਕੁਝ ਦੱਸ ਰਿਹਾ ਵੀ ਆਮ ਨੋਟ ਫੀਲਿੰਗ ਵੈਲ ਯੂ ਨੋ

ਹੁਣ ਉਹਦੇ ਬਾਬਤ ਫੇਰ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਪਰ ਇੱਕ ਇਸ ਨੂੰ ਅਸੀਂ ਮਤਲਬ ਬਲੈਸ ਵੀ ਕਹਿੰਨੇ ਆ ਪਰ ਇੱਕ ਬਹੁਤੇ ਹਾਲਤਾਂ 'ਚ ਕਰਸ ਬਣ ਜਾਂਦਾ ਸਾਡੇ ਵਾਸਤੇ ਜਿਹੜੀ ਐਲੋਪੈਥੀ ਹੈਗੀ ਇਹ ਵੀ ਸਰੀਰ ਦੇ ਦੁਖਣ ਦੇ ਉਸ ਸਿੰਪਟਮ ਨੂੰ ਦੇਖਦਿਆਂ ਨਾਲ ਹੀ ਮੈਂ ਪੇਨ ਕੇਂਦਰ ਲੈ ਲੈਣਾ ਉਹਦੇ ਰੂਟਸ ਨੂੰ ਜਿਹੜੀ ਉਹਦੇ ਰੂਟ ਆਫ ਕੌਜ਼ ਆ ਉਸ ਨੂੰ ਪਕੜਨ ਦੀ ਕੋਸ਼ਿਸ਼ ਨਹੀਂ ਕਰਨੀ ਇਸ ਸਾਰੇ ਦੇ ਵਿੱਚ ਫਿਰ ਬੰਦਾ ਗਵਾਚਦਾ ਗਵਾਚਦਾ ਕਿਸੇ ਹੋਰ ਪਾਸੇ ਨਿਕਲ ਜਾਂਦਾ ਹੈ ਇਨ ਬਿਨ ਸਾਡੀ ਜਿਹੜੀ ਸਮਾਜਿਕ ਤੌਰ ਤੇ ਟ੍ਰੇਨਿੰਗ ਆ ਜਿਵੇਂ ਜੀਵਨ ਦੇ ਲਹਿਜ਼ੇ ਦੇ ਅੰਦਰ ਬੰਦਾ ਆਪਣੇਆ ਵਿਚਾਰਾਂ ਨੂੰ ਖਿਆਲਾਂ ਨੂੰ ਸੋਚਾਂ ਨੂੰ ਇਹਨਾਂ ਨੂੰ ਓਪਰੈਸ ਕਰੀ ਜਾਂਦਾ ਹੈ ਕਿਸੇ ਦੇ ਮਗਰ ਲੱਗ ਕੇ ਪਿਛਲਗ ਬਣ ਕੇ ਕੁਝ ਹੋਰ ਤਰੀਕਿਆਂ ਨਾਲ ਉਸ ਨੂੰ ਇੰਟਰਪ੍ਰੀਟੇਸ਼ਨ ਲੈ ਹੁੰਦਾ ਸਬ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਬੰਦਾ ਬਿਲਕੁਲ ਜਿਹੜਾ ਅਨ ਹੈਲਥੀ ਹੋ ਜਾਂਦਾ ਉਸ ਲੈਵਲ ਤੇ ਫਿਰ ਫਿਰ ਇਹ ਸਾਰੇ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਬੰਦੇ ਦੇ ਜੀਵਨ ਵਿਹਾਰ ਦੇ ਵਿੱਚ ਇੱਕ ਚੀਜ਼ ਤੇ ਪੱਕੀ ਆਉਂਦੀ ਹੈ ਕਲੇਸ਼ ਮਨ ਦੀ ਦੁਨੀਆ ਵਿੱਚ ਅੰਦਰ ਦੀ ਦੁਨੀਆ ਵਿੱਚ ਤੇ ਫਿਰ ਉਹ ਬੰਦਾ ਬਾਹਰ ਤੁਸੀਂ ਮਤਲਬ ਇਸ ਤਰ੍ਹਾਂ ਦੇ ਜੀਵਨ ਵਿਹਾਰ ਚੋਂ ਨਿਕਲੇ ਹੋਏ ਲੋਕਾਂ ਨੂੰ ਤੁਸੀਂ ਦੇਖ ਲਵੋਗੇ ਉਹਨਾਂ ਨੂੰ ਤੁਸੀਂ ਫੁੱਲਾਂ ਦੇ ਗੁਲਦਸਤੇ ਵੀ ਪੇਸ਼ ਕਰੋ ਉਹਨੂੰ ਨਹੀਂ ਲੱਗਦਾ ਵੀ ਨਹੀਂ 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 ਐਕਚੁਅਲੀ ਨਾ ਇਹ ਇਹ ਮਤਲਬ ਡੈਫੀਨੇਟਲੀ ਮੈਨੂੰ ਮੂਰਖ ਬਣਾਇਆ ਜਾ ਰਿਹਾ ਹੈ ਹਾਲਾਂਕਿ ਕਈ ਵਾਰ ਐਸਾ ਹੁੰਦਾ ਨਹੀਂਗਾ ਪਰ ਹੁੰਦਾ ਹੋ ਕਿਉਂ ਰਿਹਾ ਆ ਕਿਉਂਕਿ ਅੰਦਰ ਦੀ ਦੁਨੀਆ ਜਿਹੜੀ ਉਹਦੇ ਚ ਕੁਛ ਰਿਹਾ ਹੀ ਨਹੀਂਗਾ ਉਹ ਬਿਲਕੁਲ ਹੀ ਆਪੋਜ਼ਿਟ ਚੱਲ ਗਈ ਹੈ ਮਾਫੀ ਚਾਹਾਂਗਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬੜੀ ਡੀਪ ਲੈਵਲ ਦੀ ਗੱਲ ਚੱਲ ਰਹੀ ਹੈ ਤੇ ਕਈ ਵਾਰੀ ਸਾਡੇ ਸਰੋਤ ਜਿਹੜੀ ਕਰਨ ਵਾਲੀ ਵੱਡਾ ਸੰਗਤ ਆਇਸਾ ਕਈ ਵਾਰੀ ਕਹਿੰਦੇ ਨੇ ਭਾਈ ਸਾਹਿਬ ਠੀਕ ਟੂ ਮੱਚ ਇਨ ਡੀਪ ਲੈਵਲ ਯੂ نو ਬਿਲਾਸ ਵਿੱਚ ਕੁਝ ਵਿੱਚ ਬਾਤ ਪਾਇਆ ਕਰਾਂਗੇ ਡੈਫੀਨਟਲੀ ਅ ਇੱਕ ਅੰਗਰੇਜ਼ੀ ਰਾਈਟਰ ਨੇ ਬੜਾ ਖੂਬਸੂਰਤ ਲਿਖਿਆ ਹੈ ਤੇ ਬੜਾ ਲੰਮਾ ਛੋੜਾ ਪਰ ਟੂਕ ਮਾਤਰ ਬਿਆਨ ਕਰਦਾ ਮੈਂ ਉਹ ਹੁੰਦਾ ਹੈ ਕਿ ਇੱਕ ਰਾਜਾ ਆ ਤੇ ਛੋਟੀ ਜਿਹੀ ਰਿਆਸਤ ਹੈ ਉਹਦੀ ਤੇ ਉਹਦੇ ਦੋ ਮੁੰਡੇ ਨੇ ਤੇ ਦੋਨਾਂ ਨੂੰ ਬੜਾ ਪਿਆਰ ਕਰਦਾ ਪਰ ਮੁਸ਼ਕਲ ਇਹ ਬਣ ਗਈ ਕਿ ਦੋਵੇਂ ਹੀ ਐਕਸਟ੍ਰੀਮਲੀ ਆਪੋਜ਼ਿਟ ਨੇ ਇੱਕ ਇਤਨਾ ਕਿ ਜ਼ਿਆਦਾ ਪੈਸੀਮਿਸਟਿਕ ਆ ਕਿ ਜੋ ਮਰਜ਼ੀ ਕਰ ਲੋ ਉਹਦੀ ਹਾਲਤ ਹੀ ਹੈ ਕਿ ਉਹ ਉਸ ਚੀਜ਼ ਚ ਕੋਈ ਪੋਜ਼ਿਟਿਵ ਦੇਖ ਹੀ ਨਹੀਂ ਸਕਦਾ ਦੂਸਰਾ ਦੂਸਰਾ ਇਤਨਾ ਜ਼ਿਆਦਾ ਆਪਟਿਮਿਸਟਿਕ ਆ ਕਿ ਉਸ ਨੂੰ ਜਿੰਨਾ ਮਰਜ਼ੀ ਕੋਈ ਨੁਕਸਾਨ ਵੀ ਹੋ ਜੇ ਉਹਦੇ ਚ ਨਹੀਂ ਪਤਾ ਲੱਗਦਾ ਵੀ ਕੁਝ ਇਹਦੇ ਚ ਨੈਗੇਟਿਵ ਚੀਜ਼ ਆ ਉਹ ਬੜਾ ਤੰਗ ਆ ਉਹ ਕਹਿੰਦਾ ਕੀਤਾ ਕੀ ਜਾਏ ਆ ਸਰਕਾਰ ਉਹਨੇ ਕਿਹਾ ਵੀ ਕੋਈ ਨਾ ਟਰਾਈ ਕਰਦੇ ਆ ਵਜ਼ੀਰ ਦੀ ਸਲਾਹ ਲਈ ਵਜ਼ੀਰ ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂਗਾ ਤੁਸੀਂ ਟਰਾਈ ਨਹੀਂ ਕੀਤੀ ਹੋਣੀ ਪੂਰੀ ਤਰ੍ਹਾਂ ਕਹਿੰਦਾ ਹੁਣ ਕਰ ਲੈਨੇ ਟਰਾਈ ਕੀ ਕਰਦੇ ਹਾਂ ਹੁਣ ਬੱਚਿਆਂ ਵਾਸਤੇ ਸਭ ਤੋਂ ਪਸੰਦ ਕਿਹੜੀ ਚੀਜ਼ ਕਿਹੜੀ ਹੈ ਮਠਿਆਈਆਂ ਨੇ ਚੰਗਾ ਚੰਗੀਆਂ ਕੈਂਡੀਆਂ ਖਾਣ ਵਾਸਤੇ ਨੇ ਜਾਂ ਕੁਝ ਫਾਇਰ ਵਰਕਸ ਆ ক্রੈਕਰਸ ਵਗੈਰਾ ਸਾਰੇ ਇਸ ਤਰੀਕੇ ਦੇ ਨਾਲ ਤੋਨੇ ਕਹਾਂ ਠੀਕ ਹੈ ਜਿਹੜਾ ਬਹੁਤ ਜ਼ਿਆਦਾ ਪੈਸੀਮਿਸਟਿਕ ਹੈ ਨਾ ਬੜਾ ਨੈਗੇਟਿਵ ਸੋਚਦਾ ਇਹ ਸਾਰੀਆਂ ਚੀਜ਼ਾਂ ਨੂੰ ਗਿਫਟ ਕਰਦੇ ਤੇ ਬੇਤਹਾਸ਼ਾ ਮਤਲਬ ਇਸ ਤਰ੍ਹਾਂ ਕਹਿ ਲਓ ਵੀ ਮਠਿਆਈ ਚ ਨਹਾਲੇ ਹੋ ਇੰਨੇ ਕ ਕਰੈਕਰਸ ਦੇ ਇੰਨੇ ਕ ਜਿਹੜਾ ਹੈਗਾ ਉਸਤੇ ਫਾਇਰ ਵਰਕਸ ਪਚਾ ਦੇਓ ਕਿ ਉਹ ਚਲਾਉਂਦਾ ਹੋਇਆ ਥੱਕ ਜਾਏ ਆਪਣੇ ਆਪ ਕਹੇਗਾ ਵੀ ਡੈਡ ਯੂ ਨੋ ਆਮ ਐਕਸਟ੍ਰੀਮਲੀ ਹੈਪੀ ਉਹ ਕਹਿੰਦਾ ਗੱਲ ਠੀਕ ਹੈ ਭੇਜਦਾ ਦੂਜਾ ਕਹਿੰਦਾ ਉਹ ਤੇ ਬੜਾ ਹੀ ਜ਼ਿਆਦਾ ਜਿਹੜਾ ਹੈਗਾ ਆਪਟੀਮਿਸਟਿਕ ਆਲ ਦਾ ਟਾਈਮ ਹੀ ਉਹ ਤੇ ਬੜਾ ਹੋਪਫੁਲ ਰਹਿੰਦਾ ਹਰ ਚੀਜ਼ ਵਾਸਤੇ ਬੜਾ ਨਾ ਉਮੀਦ ਹੁੰਦਾ ਹੀ ਕਦੇ ਨਹੀਂ ਕਹਿਣ ਲਗਾ ਕੀ ਕੀਤਾ ਜਾਏ ਕਹਿੰਦਾ ਹਾਂ ਕਿੰਦਾ ਕੀ ਕਰਨਾ ਹੈ ਕਿੰਦਾ ਉਹਦਾ ਜਿਹੜਾ ਕੋਈ ਉਹਦਾ ਬੈਡਰੂਮ ਕਮਰਾ ਹੈ ਨਾ ਉਹ ਸਾਰੇ ਨੂੰ ਘੋੜੇ ਦੀ ਲਿੱਦ ਨਾਲ ਭਰ ਦੇਣਿਆ ਸਾਰੇ ਦਾ ਸਾਰਾ ਜਿਹੜਾ ਹੈਗਾ ਜਿਹਨੂੰ ਕਹਿ ਲੋ ਕਿ ਹਾਰਸ ਪੂਪ ਜਿਹੜਾ ਉਹ ਸਾਰਾ ਉਥੇ ਪਾ ਦਿਓ ਕਰਤਾ ਜੀ ਕਰਤਾ ਹੁਣ ਉਹ ਮਤਲਬ ਇਸ ਤਰ੍ਹਾਂ ਜਾਣੋ ਕਿ ਸਵੇਰੇ ਕਰਕੇ ਉਹਨਾਂ ਦੋਨਾਂ ਨੂੰ ਛੱਡ ਦਿੱਤਾ ਸ਼ਾਮ ਨੂੰ ਸੋਚਿਆ ਜਾ ਕੇ ਮਿਲਦੇ ਆਂ ਵਜ਼ੀਰ ਨੇ ਕਿਹਾ ਇਹ ਦਿਓ ਆਪੋਜ਼ਿਟ ਚੀਜ਼ ਆਵੇਗੀ ਰਿਜ਼ਲਟ ਆਵੇਗਾ ਤੁਰਨ ਆਪੋਜ਼ਿਟ ਰਿਜ਼ਲਟ ਲੈਣ ਵਾਸਤੇ ਤੋ ਪਹੁੰਚਿਆ ਉੱਥੇ ਪਹਿਲਾਂ ਸੋਚਿਆ ਜਿਹਨੂੰ ਮਠਿਆਈ ਭੇਜੀ ਉਹਨੂੰ ਮਿਲਦੇ ਆਂ ਜਾ ਕੇ ਦੂਜੇ ਦੇ ਵਿਚਾਰੇ ਦੀ ਪਤਾ ਨਹੀਂ ਕੀ ਹਾਲਤ ਹੋਏਗੀ ਜਦੋਂ ਮਠਿਆਈ ਵਾਲੇ ਕੋਲ ਗਿਆ ਤੂੰ ਜਾਂਦੇ ਰੋਣਦਿਆ ਉਹ ਸਾਰਾ ਸਮਾਨ ਨੇ ਚੱਕ ਕੇ ਜੜਾ ਹੈਗਾ ਬਾਹਰ ਸੱਟਿਆ ਤੇ ਰੋਈ ਰੋਈ ਜਾ ਰਿਹਾ ਉਹ ਰਾਜਾ ਆਪ ਅੱਗੇ ਨਹੀਂ ਗਿਆ ਵਜ਼ੀਰ ਨੂੰ ਭੇਜਿਆ ਕਹਿੰਦਾ ਤੂੰ ਜਾ ਕੇ ਦੇਖ ਕੇ ਗੱਲ ਵਜ਼ੀਰ ਨੇ ਪੁੱਛਿਆ ਕੀ ਹੋਇਆ ਕਹਿਣ ਲੱਗਾ ਕੀ ਦੱਸਾਂ ਤੇਨੂੰ ਇਹੋ ਜਿਹਾ ਬਾਪ ਪੁੱਛੇ ਕੁਛ ਨਾ ਕੀ ਕੀਤਾ ਕਹਿਣ ਲੱਗਾ ਦੱਸੋ ਇੰਨਾ ਮਿੱਠਾ ਪੇਈਤਾ ਜੇ ਮੈਂ ਖਾਣ ਲੱਗਦਾ ਮੈਂ ਤੇ ਮਰ ਜਾਣਾ ਸੀ ਇਹ ਤੇ ਇੰਨਾ ਸ਼ੂਗਰ ਕਰੋ ਮੈਂ ਖਾਦਾ ਨਹੀਂ ਉਹ ਕਹਿੰਦਾ ਆਦੀ ਹੋ ਗਈ ਕਹਿੰਦੇ ਚਲੋ ਮਠਿਆਈ ਨਹੀਂ ਸੀ ਖਾਣੀ ਆ ਪਟਾਕੇ ਵਗੈਰਾ ਕਹਿੰਦਾ ਤੂੰ ਪਾਗਲ ਹੈ ਵਜ਼ੀਰ ਪਤਾ ਹੈ ਕਿੰਨਾ ਇਹ ਬਰੂਦ ਐ ਸੁਦਾ ਕਿਤੇ ਅੱਗ ਲੱਗ ਜਾਂਦੀ ਦੱਸ ਕਿਤੇ ਹੱਥ ਪੈਰ ਸੜ ਜਾਂਦਾ ਤੇ ਮੈਂ ਇੱਥੇ ਮਰੇ ਹੋਣਾ ਸੀ ਕਿ ਕੈਸਾ ਦੇਖ ਇਹ ਬਾਪ ਐ ਤਾਂ ਦੁਸ਼ਮਣ ਐ ਬੜਾ ਵੱਡਾ ਉਹ ਜਦੋਂ ਇਹੋ ਜੀਆਂ ਸਾਰੀਆਂ ਗੱਲਾਂ ਸੁਣੀਆਂ ਰਾਜਾ ਬੈਠਾ ਸੁਣ ਰਿਹਾ ਪਿੱਛੇ ਵਜ਼ੀਰ ਬਾਹਰ ਆਇਆ ਕਹਿਣ ਲੱਗਾ ਵੀ ਇਹ ਇਹ ਸਟ੍ਰੈਟੇਜੀ ਤੇ ਨਹੀਂ ਕੰਮ ਕੀਤੀ ਇੱਥੇ ਆਹ ਚੀਜ਼ ਹੋ ਗਈ ਇੱਥੇ ਰਾਜਾ ਕਹਿੰਦਾ ਵੀ ਓਹ ਹੋ ਹੋ ਕਹਿੰਦਾ ਮਸਲਾ ਬੜਾ ਖਰਾਬ ਹੋ ਗਿਆ ਹੈ ਖੈਰ ਉਹ ਉਦਾਸ ਹੋ ਗਿਆ ਹੁਣ ਉਦਾਸ ਹੋਇਆ ਕਹਿੰਦਾ ਵੀ ਚਲੋ ਉਹ ਦੂਜੇ ਨੂੰ ਮਿਲ ਲੈਨੇ ਇਹਦਾ ਤੇ ਹਾਲਤ ਮਤਲਬ ਇਹਨੇ ਸੋਚਿਆ ਵੀ ਕੁਝ ਪੋਜ਼ਿਟਿਵ ਸੋਚੇਗਾ ਤੇ ਬਿਲਕੁਲ ਇਹ ਸਾਰਾ ਕੁਝ ਕਰਕੇ ਵੀ ਪੋਜ਼ਿਟਿਵ ਨਹੀਂ ਹੋਇਆ ਹੁਣ ਜਿਹਦੇ ਜਿਹਦੇ ਬਾਰੇ ਉਹਨੂੰ ਇਹ ਹੈ ਕਿ ਉਹ ਪੋਜ਼ਿਟਿਵ ਸੋਚੇਗਾ ਤੇ ਉਹ ਹਰ ਉਹ ਕੁਝ 네ਗੇਟਿਵ ਸੋਚੇਗਾ ਕਿਉਂਕਿ ਹਰ ਵਕਤ ਪੋਜ਼ਿਟਿਵ ਸੋਚਦਾ ਆ ਤੇ ਜਾਂਦਾ ਹੋਇਆ ਡਰਦਾ ਆ ਕਹਿਣ ਲੱਗਾ ਵੀ ਇਹਨੂੰ ਮਠਿਆਈ ਭੇਜੀ ਸੀ ਮੈਨੂੰ ਸਾਰੇ ਫਾਇਰਵਰਕਸ ਭੇਜੇ ਸਾਰੇ ਇਹ ਲੜਨ ਨੂੰ ਪੈ ਰਿਹਾ ਜਿਹਦਾ ਕਮਰਾ ਹੀ ਲਿੱਦ ਨਾਲ ਭਰਤਾ ਉਹਦਾ ਕੀ ਹਾਲ ਹੋਏਗਾ ਜਦੋਂ ਇੱਥੇ ਪਹੁੰਚਿਆ ਤਾਂ ਕਮਰੇ ਚ ਬਾਹਰ ਦਿਸਦੇ ਨਹੀਂ ਕਿਤੇ ਹੈ ਹੀ ਨਹੀਂਗਾ ਉਹ ਕਹਿੰਦਾ ਜ਼ਰੂਰ ਭੱਜ ਗਿਆ ਹੋਣਾ ਇੰਨੀ ਸੜਾਂ ਆ ਰਹੀ ਹੈ ਵਜ਼ੀਰ ਨੇ ਥੋੜਾ ਅੰਦਰ ਜਾ ਕੇ ਦੇਖਿਆ ਕਹਿ ਲੱਗਾ ਨਹੀਂ ਅੰਦਰ ਹੀ ਹੈ ਲਿੱਦ ਚ ਕਹਿੰਨੇ ਹਾਂ ਕਹਿੰਦੇ ਲਿੱਦ ਚ ਵੜਿਆ ਅੰਦਰ ਉਹ ਕਹਿੰਦਾ ਉਹ ਕਿੱਦਾਂ ਅੰਦਰ ਜਦੋਂ ਥੋੜਾ ਹੋਰ ਅੱਗੇ ਹੋਇਆ ਤੇ ਉਹ ਕਹਿੰਦਾ ਵੀ ਕੀ ਹੋਇਆ ਕੀ ਹੈ ਲੋ ਨੇ ਦੇਖਿਆ ਫਾਦਰ ਉਹਦਾ ਡੈਡ ਖੜਾ ਹੈ ਬਾਹਰ ਰਾਜਾ ਕਹਿੰਦਾ ਫਾਦਰ ਸਾਹਿਬ ਅੰਦਰ ਆ ਜਾਓ ਕਹਿੰਦਾ ਕੀ ਹੋਇਆ ਕਹਿੰਨ ਲਗਾ ਦੇਖੋ ਅਸੀਂ ਕਿੱਡੇ ਮਜੇ ਬਣੇ ਨੇ ਅੱਲੇ ਦੀ ਲਿੱਦ ਪਈ ਹੈ ਜਿੰਨਾ ਮਰਜੀ ਕਹਿੰਦਾ ਨਹਾ ਲਓ ਇਹਦੇ ਚ ਜੋ ਮਰਜੀ ਕਰ ਲਓ ਉਹ ਕਹਿੰਦਾ ਤੂੰ ਪਾਗਲ ਹੋਇਆ ਲਿੱਦ ਦੇ ਵਿੱਚ ਇਸ ਰੂਪ ਵਿੱਚ ਕੁਦਰਿਆ ਕਹਿੰਨ ਲਗਾ ਨਹੀਂ ਨਹੀਂ ਫਾਦਰ ਸਾਹਿਬ ਅੰਦਰ ਆ ਜਾਓ ਪਿਤਾ ਜੀ ਅੰਦਰ ਆ ਜਾਓ ਇੰਨੀ ਲਿੱਦਿਆ ਹੋ ਸਕਦਾ ਕੋੜਾ ਵੀ ਹੋਏ ਯੂ ਨੇਵਰ نو ਹੁਣ ਜਿਹੜੀ ਇਹ ਸਹਾਲਤ ਵਿੱਚ ਮਤਲਬ ਬੰਦਾ ਜੇ ਦੇਖਿਆ ਜਾਏ ਤੇ ਇਹ ਸਾਰੀ ਮਨ ਦੀ ਦਸ਼ਾ ਆ ਰਿਐਲਿਟੀ ਬੇਸਡ ਅਪਰੋਚ ਅਡਾਪਟ ਕਰਨ ਦੀ ਬਜਾਏ ਆਈਦਰ ਬਿਲਕੁਲ ਉਸ ਲੈਵਲ ਤੇ ਚਲੇ ਜਾਣਾ ਜਿੱਥੇ ਕੁਝ ਵੀ ਨੂੰ ਉਮੀਦ ਨਹੀਂ ਹੈਗੀ ਉੱਥੇ ਨਾ ਨਾ ਉਮੀਦਗੀ ਦੇ ਵਿੱਚੋਂ ਵੀ ਜਿਹੜਾ ਹੈਗਾ ਉਮੀਦ ਲੱਭੀ ਜਾਣੀ ਜਾਂ ਜਿੱਥੇ ਬਿਲਕੁਲ ਉਮੀਦ ਹੈ ਸਭ ਕੁਝ ਹੈ ਉੱਥੇ ਵੀ ਨਾ ਉਮੀਦ ਹੋ ਕੇ ਰਹਿਣਾ ਇਹ ਬਾਹਰ ਨਹੀਂਗਾ ਇਹ ਮਨੁੱਖੀ ਮਨ ਦੀ ਦਸ਼ਾ ਆ ਜੇ ਇਸ ਮਨ ਨੂੰ ਕਿਸੇ ਸਹੀ ਡਾਇਰੈਕਸ਼ਨ ਵਿੱਚ ਲਾਇਆ ਜਾਵੇ ਤੇ ਕੱਲਾ ਫਿਰ ਇੱਕ ਨਹੀਂਗਾ ਇਹਦੇ ਚ ਚੀਜ਼ਾਂ ਨੂੰ ਵੇਖਣਾ ਸੁਣਨਾ ਬੋਲਣਾ ਹਰ ਚੀਜ਼ ਇਹਦੇ ਚ ਇੱਕ ਬੈਲੈਂਸ ਵੇ ਦੇ ਨਾਲ ਆਉਂਦੀ ਹੈਗੀ ਬਾਬਾ ਜੀ ਨੇ ਜਿਹੜਾ ਇੱਥੇ ਬਿਆਨ ਕੀਤਾ ਨਾ ਇਸ ਪਾਵਨ ਬਚਨ ਦੇ ਵਿੱਚ ਮਹਾਰਾਜ ਬਿਆਨ ਕਰਦੇ ਇਸ ਪਾਵਨ ਸ਼ਬਦ ਦੇ ਅੰਦਰ ਕੀ ਇੱਕ ਗਿਰਹ ਹੋਂ ਕਰਤੇ ਕੀ ਹੈ ਇਹਦੇ ਚ ਹੈ ਦਸ ਦਵਾਰ ਹੈ ਜਾ ਕੇ ਇਹਦੇ ਦਸ ਦਵਾਰ ਨੇ ਦਸ ਦੇ ਦਰਵਾਜੇ ਨੇ ਪਾਵੇ ਗਿਆਨ ਇੰਦ੍ਰੇ ਤੇ ਕਰਮ ਇੰਦ੍ਰੇ ਜਿਹੜੇ ਨੇ ਸਰੂਪ ਦੇ ਵਿੱਚ ਸੈਂਸਸ ਖਾਸ ਕਰਕੇ ਹੁਣ ਇਹਨਾਂ ਦੇ ਜ਼ਰੀਏ ਭਟਕਣਾ ਹੋ ਰਹੀ ਹੈ ਵੱਧ ਰਹੀ ਹੈ ਰਿਐਲਿਟੀ ਦੇ ਅੰਦਰ ਕਿਸੇ ਇੱਕ ਬੈਲੈਂਸਡ ਵੇ ਦੇ ਨਾਲ ਹਰ ਚੀਜ਼ ਨੂੰ ਸਹੀ ਤਰੀਕੇ ਨਾਲ ਪਰਸੀਵ ਕਰਨਾ ਇਹ ਨਾ ਮੁਮਕਨ ਹੋ ਰਿਹਾ ਦੇ ਵਾਸਤੇ ਬਚਨ ਇੱਕ ਗਿਰਹੋਂ ਤਸਦਵਾਰ ਹੈ ਜਾਂ ਕੇ ਅਹਨਸ ਤਸਕਰ ਪੰਚ ਚੋਰ ਲਗਈਆ ਅਹਨਸ ਤਸਕਰ ਪੰਚ ਚੋਰ ਲਗਈਆ ਰਾਤ ਦਿਨ ਮਤਲਬ ਇੱਕ ਦਰਵਾਜ਼ੇ ਤੋਂ ਬੰਦਾ ਪਹਿਰਾ ਦੇਗਾ ਦੂਜੇ ਚੋ ਕੋ ਚੋਰ ਘਸ ਜਾਏਗਾ ਦੂਜੇ ਤੇ ਪਹਿਰਾ ਦੇਗਾ ਤੀਜੇ ਦੇ ਵਿੱਚੋਂ ਜੇ ਸਪੋਜ਼ ਕੋਈ ਬਿਲਡਿੰਗ ਹੋਏ ਮੈਨੂੰ ਯਾਦ ਆ ਕਿ ਚੀਜ਼ਾਂ ਜਸ ਸਮਝਣ ਵਾਸਤੇ ਜੇ ਬਾਤ ਕਰਾਂ ਤੇ ਸਾਡੇ ਕਈ ਵਾਰੀ ਜਿਹੜੇ ਲੋਕ ਪ੍ਰिजन ਵਗੈਰਾ ਚ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਈਟੀਏ ਉਹਨਾਂ ਨੂੰ ਹੌਲੀ ਹੌਲੀ ਸੁਸਾਇਟੀ ਦੇ ਵਿੱਚ ਵਾਪਸ ਇੰਟੀਗ੍ਰੇਸ਼ਨ ਵਾਸਤੇ ਲਿਆਂਦਾ ਜਾਂਦਾ ਹੈ ਤੇ ਮਨ ਇੰਟੀਗ੍ਰੇਸ਼ਨ ਵਾਸਤੇ ਉਹਦੇ ਅੰਦਰ ਜਿਹੜੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਇਹ ਰੋਲ ਪਲੇ ਕਰਦੀਆਂ ਨੇ ਜਿਸ ਅਸੀਂ ਜਿੱਤੇ ਚ ਰਹ ਰਹੇ ਹਾਂ ਇਹਦੇ ਚ ਜਿਹੜਾ ਚਰਚ ਆ ਇਹਦਾ ਬੜਾ ਇੰਪੋਰਟੈਂਟ ਰੋਲ ਹੈ ਜਾਂ ਮੈਂ ਇਸ ਤਰ੍ਹਾਂ ਵੀ ਕਹਿ ਵੀ ਰਿਹਾ ਬਿਆਨ ਕਰਦਾ ਕਿ ਜੇ ਡੀਪ ਲੈਵਲ ਤੇ ਦੇਖੋਗੇ ਤੇ ਮਤਲਬ ਚਰਚ ਅਜੇ ਵੀ ਸੋਸਾਇਟੀ ਦਾ ਇੱਕ ਬੜਾ ਮੇਨ ਪਾਰਟ ਆ ਇੱਥੇ ਆਪ ਕੁਝ ਆਰਗੇਨਾਈਜੇਸ਼ਨਸ ਬਾਰੇ ਖੁਦ ਵੀ ਪੜ੍ਹ ਸੁਣ ਸਕਦੇ ਹੋ ਸਲਵੇਸ਼ਨ ਆਰਮੀ ਬਾਰੇ ਆਪ ਨੇ ਸੁਣਿਆ ਹੋਣਾ ਉਹਨਾਂ ਦੇ ਕੰਮਕਾਰ ਸਭ ਚੀਜ਼ਾਂ ਨੂੰ ਤੁਸੀਂ ਬੜੇ ਧਿਆਨ ਨਾਲ ਦੇਖੋ ਤੁਸੀਂ ਉਸ ਤੋਂ ਬਿਨਾ ਅਮਰੀਕਾ ਸਾਈਟ ਚਲੇ ਜਾਓ ਬ੍ਰਿਜਸ ਆਫ ਅਮਰੀਕਾ ਨਾਂ ਦੀ ਆਰਗੇਨਾਈਜੇਸ਼ਨ ਆ ਬੜੀ ਤਗੜੀ ਆਰਗੇਨਾਈਜੇਸ਼ਨ ਆ ਖੁਦਾਮ ਇੱਕ ਸਾਡੇ ਇੱਥੇ ਵਿਕਸ਼ੈਡੋਇੰਗ ਗਰੁੱਪ ਵਿੱਚ ਬਣਾਈ ਹੋਣਾ 브릿ਜਸ ਆਫ ਕੈਨੇਡਾ ਦੇ ਰੂਪ ਦੇ ਵਿੱਚ ਇਹ ਹੋਰ ਬਹੁਤ ਸਾਰੇ ادارے ਨੇ ਇਸ ਤਰੀਕੇ ਨਾਲ ਪਰ ਇਨਡੀਡ ਉਹਨਾਂ ਦੇ ਕੰਮ নো ਡਾਊਟ ਚੰਗੇ ਨੇ ਸਲਾਉਣੇ ਚਾਹੀਦੇ ਨੇ ਪਰ ਜੇ ਦੇਖਿਆ ਜਾਏ ਡੀਪ ਲੈਵਲ ਤੇ ਕਿਉਂਕਿ ਇਹ ਜਿਹੜੇ ਮਿਸ਼ਨਰੀਜ਼ ਧਰਮ ਨੇ ਮਿਸ਼ਨਰੀਜ਼ ਦਾ ਮਤਲਬ ਕਿ ਜਿਹੜੇ ਇੱਕ ਮਿਸ਼ਨ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦਾ ਕੰਮ ਇਹ ਹੁੰਦਾ ਹੈ ਕਿ ਕਨਵਰਜਨ ਉਹ ਕਿਸੇ ਢੰਗ ਨਾਲ ਵੀ ਹੋਏ ਕਿਉਂਕਿ ਗਿਣਤੀ ਵਿਧਾਨਾ ਉਹਨਾਂ ਦਾ ਇੱਕ ਮੇਨ ਫੋਕਸ ਆ ਫੋਰਸ ਆ ਇਸ ਕਿਸਮ ਦਾ ਬਲੀਵ ਹੈਗਾ ਸਾਡਾ ਜਿਹੜਾ ਸਿੱਖੀ ਸਕੂਲ ਆਫ ਥੌਟ ਆ ਇਹ ਕਿਸੇ ਕਿਸਮ ਦੀ ਵੀ ਕਨਵਰਜਨ ਨੂੰ ਮਤਲਬ ਐਕਸੈਪਟ ਨਹੀਂ ਕਰਦਾ ਤੇ ਨਾ ਹੀ ਇਹਦੇ ਵਿੱਚ ਹੈ ਕਿ ਕਿਸੇ ਦੇ ਫੇਥ ਨੂੰ ਤੁਸੀਂ ਡੀਵੈਲਿਊਏਟ ਕਰੋ ਉਸ ਨੂੰ ਅੰਡਰਐਸਟੀਮੇਟ ਕਰੋ ਜਾਂ ਉਸ ਨੂੰ ਕਹੋ ਕਿ ਤੇਰਾ ਫੇਥ ਠੀਕ ਨਹੀਂਗਾ ਜਾਂ ਤੂੰ ਮੇਰੇ ਤੋਂ ਕੁਝ ਫੈਸਿਲਿਟੀ ਲੈ ਰਿਆਂ ਜਾਂ ਲੈਣੀ ਆ ਉਹਦੇ ਵਾਸਤੇ ਨਾ ਤੂੰ ਮੇਰੀ ਬਲੀਵ ਵਿੱਚ ਆ ਪਹਿਲਾਂ ਸਿੱਖੀ 'ਚ ਇਹ ਆਸ਼ਾ ਨਹੀਂ ਹੈਗਾ ਸਿੱਖ ਹੋਣ ਦਾ ਮਤਲਬ ਹੀ ਇਹ ਹੈਗਾ ਕਿ ਮਤਲਬ ਕੋਈ ਕਿਸੇ ਬਲੀਵ ਕਿਸੇ ਉਸ ਰੂਪ ਵਿੱਚ ਆਉਂਦਾ ਆ ਤੇ ਜੇ ਉਹਦੀ ਮੇਰੇ ਕੋਲੋਂ ਕੋਈ ਤਵਕਕੋ ਹੈ ਕਿਸੇ ਰੂਪ ਵਿੱਚ ਮੈਂ ਉਹਦੀ ਮਦਦ ਕਰ ਪਾ ਰਿਹਾ ਵਾਂ ਤੇ ਉਹਦੇ ਇਵਜ ਵਿੱਚ ਜੇ ਮੈਂ ਉਹਦੇ ਬਲੀਵ ਨੂੰ ਕਿਸੇ ਤਰੀਕੇ ਨਾਲ ਉਸ ਤੋਂ ਦੂਰ ਕਰਦਾ ਆ ਇਹ ਗੁਨਾਹ ਹੈ। ਇਹ ਹੀ ਬਾਬਾ ਜੀ ਨੇ ਸਿਖਾਇਆ। ਇਹ ਬੜਾ ਇੱਕ ਮਤਲਬ ਮਨੁੱਖ ਨੂੰ ਇੱਕ ਡਿਵਾਈਨ ਲੈਵਲ ਤੇ ਲਿਆਉਣ ਵਾਲੀ ਗੱਲ ਹੈ ਜਦੋਂ ਸ਼ਬਦ ਪੜ੍ਹਦੇ ਆਂ ਸੇਵਾ ਕਰਤ ਹੋਏ ਨਹੀਂ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆ ਬਚਨਿਆ ਨਿਸ਼ਕਾਮ ਪਾਵਿਤਨਾ ਕਾਜੇ ਕਿ ਤੈਨੂੰ ਇਹ ਵੀ ਜ਼ਰੂਰੀ ਨਹੀਂਗਾ ਕਿ ਤੂੰ ਮੇਰੀ ਤਰ੍ਹਾਂ ਆ ਕੇ ਮੇਰੀ ਜ਼ੁਬਾਨ ਵਿੱਚ ਆ ਕੇ ਮੈਨੂੰ ਧੰਨਵਾਦ ਕਰੇ ਇਹ ਰੂਪ ਤਾਂ ਜਿਹੜੀ ਹੈ ਇੱਥੇ ਹੈ ਬਿਲਕੁਲ ਨਿਸ਼ਕਾਮ ਪਾਵ ਦੀ ਸਿੱਖੀ ਉਸ ਰੰਗ ਚ ਆ ਜਾਣਾ ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਕੁਝ ਹੁੰਦਾ ਹੈ ਕਿ ਗਾਹੇ-ਗਾਹੇ ਮਤਲਬ ਗਲਤੀ ਮਿਸਟੇਕ ਕਿਸੇ ਤੋਂ ਵੀ ਹੋ ਜਾਂਦੀ ਸਾਡੀ ਪੋਪੂਲੇਸ਼ਨ ਦਾ ਵੀ ਇੱਕ ਹਿੱਸਾ ਸਮਹਾਉ ਇਨ ਪ੍ਰिजन ਹੋ ਜਾਂਦਾ ਟਾਈਮ ਟੂ ਟਾਈਮ ਫਿਰ ਉਹਨਾਂ ਦੇ ਕੁਝ ਤਰੀਕੇ ਨਾਲ ਅਸੀਂ ਰਾਫਤੇਦਾਰੀ ਚੁੰਨੇ ਆ ਕੁਝ ਕਿਸੇ ਤਰੀਕੇ ਨਾਲ ਹੈਲਪ ਕਰਨ ਵਾਸਤੇ ਕੁਝ ਜੋ ਕੁਝ ਹੋ ਸਕੇ ਸੋ ਉਹਨਾਂ ਦੇ ਜਦੋਂ ਈਟੀਏ ਵਗੈਰਾ ਹੁੰਦੇ ਤੇ ਮੋਸਟਲੀ ਜਿਹੜੀਆਂ established organizations ਹੈਗੀਆਂ ਜਿਹੜੀਆਂ ਪ੍ਰਿਜ਼ਨਸ ਦੇ ਨਾਲ ਡਾਇਰੈਕਟਲੀ ਕੰਮ ਕਰਦੀਆਂ ਉਹ ਉਸ ਲਈ 크ਿਸਚਨ ਆਰਗੇਨਾਈਜੇਸ਼ਨਸ ਨੇ ਫਿਰ ਉਹਨਾਂ ਤੋਂ ਅਸੀਂ ਥੋੜਾ ਬਹੁਤਾ ਜਿਵੇਂ ਜਿਵੇਂ ਸਟੱਡੀ ਕੀਤੀ ਕੁਝ ਪੇਪਰ ਵਰਕ ਪ੍ਰੋਪਰ ਹੋਇਆ ਹੌਲੀ ਹੌਲੀ ਕਰਕੇ ਉਸ ਤਰੀਕੇ ਦੇ ਫਿਰ ਅਸੀਂ ਬ੍ਰਿਜਸ ਬਣਾਏ ਦਵਾਰਾ ਤੋਂ ਮੈਨੂੰ ਯਾਦ ਆ ਮੈਂ ਉਹਨਾਂ ਦੇ ਜਿਹੜਾ ਪ੍ਰਿਜ਼ਨ ਦਾ ਸਿਕਿਉਰਿਟੀ ਸੁਪਰਵਾਈਜ਼ਰ ਹੁੰਦਾ ਉਹਨੂੰ ਲੈ ਕੇ ਇਸੇ ਗੁਰਦੁਆਰਾ ਸਾਹਿਬ ਆਇਆ ਮੈਂ ਟੂ ਚੈੱਕ ਦਾ ਬਿਲਡਿੰਗ ਇਜ਼ ਇਟ ਪੋਸੀਬਲ ਦੈਟ ਕਿ ਸੀ ਈਟੀ ਇੱਥੇ ਕਰਾ ਸਕੀਏ ਜੇ ਕੋ ਕਰਨਾ ਚਾਹੇ ਇਨਮੇਟ ਤੇ ਮਤਲਬ ਜਿਹੜਾ ਆਫੈਂਡਰਸ ਹੁੰਦਾ ਹੈ ਪ੍ਰिजनਰ ਉਹ ਆਈ ਤੁਸ ਨੇ ਸਾਰਾ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਹ ਰਿਪੋਰਟ ਲਿਖੀ ਤੇ ਮੈਂ ਰਿਪੋਰਟ ਆਪ ਪੜੀ ਫਿਰ ਮੁੜ ਕੇ ਕਿਉਂਕਿ ਉਹਨੇ ਮੈਨੂੰ ਦੱਸਣਾ ਸੀ ਕਿ ਉੱਥੇ ਜਸਟ ਆਈ ਉਹਨੇ ਸਾਰੇ ਕਾਸੇ ਨੂੰ ਆਬਜ਼ਰਵ ਕੀਤਾ ਦਨ ਆਫਟਰਵਰਡ ਉਹ ਰਿਪੋਰਟ ਕਰਤੀ ਰਿਪੋਰਟ ਕੀਤੀ ਮੈਂ ਰਿਪੋਰਟ ਮੈਂ ਪੜ੍ਹੀ ਤੋਨੇ ਜਿੰਨੇ ਦਰਵਾਜੇ ਖਿੜਕੀਆਂ ਸੀ ਇੱਕ ਇੱਕ ਨੂੰ ਮੈਂਸ਼ਨ ਕੀਤਾ ਪੀ ਇਹਨੇ ਦਰਵਾਜੇ ਨੇ ਇਹਨੀਆਂ ਖਿੜਕੀਆਂ ਨੇ ਆ ਆ ਆ ਆ ਸੋ ਜੇ ਅਸੀਂ ਕਿਸੇ ਉੱਥੇ ਬੰਦੇ ਨੂੰ ਭੇਜਣਾ ਹੈ ਤੋ ਕਿਸ ਤਰੀਕੇ ਦੇ ਚਾਰਜਸ ਵਾਲਾ ਉਹਨੂੰ ਭੇਜਿਆ ਜਾ ਸਕਦਾ ਹੈ ਕਿੰਨੇ ਨਾਲ ਗਾੜ ਜਾਣਗੇ ਕਿ ਸਾਰੀ ਟੋਟਲ ਡਿਟੇਲ ਪਾ ਦਿੱਤੀ ਜਿਹੜੀ ਮੈਂ ਐਗਜ਼ਾਮਪਲ ਰੂਪ ਵਿੱਚ ਬਾਤ ਕਰ ਰਿਹਾ ਸੀਗਾ ਤੋ ਜਿੰਨੇ ਦਰਵਾਜੇ ਖਿੜਕੀਆਂ ਵਧ ਹੋਣਗੇ ਉਹਨੇ ਪਹਿਰੇਦਾਰੀ ਵਧੇਗੀ ਜੇ ਆਪਾਂ ਇਸ ਪਾਵਨ ਬਚਨ ਚ ਪੜ ਰਹੇ ਆਂ ਕੀ ਇਹ ਇੱਕ ਘਰ ਹੈ ਪਰ 10 ਦੁਆਰ ਨੇ ਇਹਦੇ ਹੁਣ ਦਾ ਮਤਲਬ ਸਾਡੀ ਪਹਿਰੇਦਾਰੀ ਵਧੇਗੀ ਸਾਨੂੰ ਸੈਲਫ ਅਵੇਅਰ ਹੋਣਾ ਪਏਗਾ ਸਾਨੂੰ ਸਾਡੀ ਕੌਨਸ਼ੀਅਸ ਜਿਹੜੀ ਉਹ ਜ਼ਿਆਦਾ ਲੈਵਲ ਤੇ ਉਦੋਂ ਉਹਨੂੰ ਕੰਮ ਕਰਨਾ ਪਏਗਾ ਅਦਰਵਾਇਜ਼ ਹੋ ਸਕਦਾ ਅੱਖਾਂ ਕੋਈ ਪੜਨ ਲੱਗੀਆਂ ਨੇ ਤੇ ਕੰਨ ਕੁਛ ਮੜੀ ਜੀ ਆਵਾਜ਼ ਕਿਤੋਂ ਆਈ ਉਧਰ ਚਲੇ ਜਾਣਗੇ ਕੋਈ ਗੱਲ ਹੋ ਰਹੀ ਏ ਕਿਸੇ ਘਰ ਦੇ ਚਾਲੇ ਦਿਵਾਲੇ ਤੇ ਮੇਰਾ ਧਿਆਨ ਪਾਠ ਤੇ ਹੋਣਾ ਚਾਹੀਦਾ ਪਰ ਮੇਰਾ ਮੂੰਹ ਕਹਿੰਦਾ ਨਹੀਂ 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 ਤੂੰ ਬੋਲ ਪਾਠ ਵਿੱਚ ਛੱਡ ਕੇ ਮੈਂ ਉਸ ਗੱਲ ਬਾਤ ਗੱਲਬਾਤ ਚ ਲੱਗ ਗਿਆ ਮੈਨੂੰ ਉਦੋਂ ਹੀ ਪਤਾ ਲੱਗਾ ਵੀ ਹੱਦ ਹੋ ਗਈ ਮੈਂ ਤੇ ਜਪਜੀ ਸਾਹਿਬ ਪੜ ਰਿਹਾ ਸੀਗਾ ਤੇ ਮੈਂ ਇਸ ਘਰ ਦੇ ਮਸਲੇ ਚ ਕਿਧਰ ਚਲਾ ਗਿਆ ਹੈਗਾ ਇਸ ਰੂਪ ਦੇ ਅੰਦਰ ਸੋ ਇਹ ਜਿਹੜਾ ਭਾਵ ਆ ਇਸ ਤਰੀਕੇ ਦੇ ਨਾਲ ਇਸ ਸਾਰੇ ਤੇ ਕੰਮ ਕਰਨਾ ਤੇ ਇਹਦਾ ਡੀਪ ਲੈਵਲ ਤੇ ਬਾਤ ਕੀਤੀ ਜਾਏ ਤੇ ਇਹ ਹੈ ਕਿ ਬੰਦਾ ਆਪਣੇ ਆਪ ਨੂੰ ਇੱਕ ਸੈਲਫ ਡਿਸਪਲਿਨ ਚੁੱਕ ਰਿਹਾ ਹੈ ਤੇ ਇਹਦੇ ਲਈ ਜਿੰਨੇ ਸੀ ਆਪਣੇ ਆਪੇ ਨਾਲ ਕੰਮ ਕਰਾਂਗੇ ਇਵਨ ਮੈਂ ਬੁੱਕ ਪੜ ਰਿਆ ਸੀਗਾ ਪਾਵਰ ਆਫ ਨਾਉ ਬੜੀ ਮਤਲਬ ਜਿਹੜੀ ਵਿਕੀ ਬੁੱਕ ਹੈ ਇੱਥੇ ਬੜੀ ਬੜੀ ਜਾਣ ਵਾਲੀ ਬੁੱਕ ਹੈ ਇੱਕ ਤਰ੍ਹਾਂ ਦਾ ਬੈਸਟ ਸੇਲਿੰਗ ਪ੍ਰੋਡਕਟ ਮੰਨਿਆ ਗਿਆ ਪਿਛਲੇ ਸਮੇਂ ਦੇ ਵਿੱਚ ਤੇ ਸਾਰੇ ਨੂੰ ਪੜ ਕੇ ਮੈਂ ਸੋਚ ਰਿਹਾ ਸੀ ਬਾਕੀ ਸਭ ਤੇ ਠੀਕ ਆ ਪਰ ਜਿਹੜੀ ਮੈਥਡੋਲੋਜੀ ਹੈਗੀ ਤਰੀਕੇਕਾਰਤਾ ਉਹਦੇ ਚ ਸਹੀ ਢੰਗ ਨਾਲ ਨਹੀਂ ਆ ਰਹੀ ਬਾਬਾ ਜੀ ਤੇ ਜੇ ਤੋਂ ਬਚਨ ਪੜਦੇ ਆ ਬਾਬਾ ਜੀ ਕਿਉਂਕਿ ਇੱਕ ਗੁਰੂ ਰੂਪ ਨੇ ਤੇ ਉਹ ਗੁਰੂ ਸਾਨੂੰ ਫਿਰ ਪੂਰੇ ਮੈਥਡਸ ਦੱਸਦਾ ਤਰੀਕੇ ਦੱਸਦਾ ਆ ਸ਼ਬਦ ਵੀ ਅਸਲ ਵਿੱਚ ਜੁਗਤ ਹੈ ਮਹਾਰਾਜ ਨੇ ਜੋ ਬਚਨ ਕਿਹਾ ਦੇ ਚ ਇੱਕ ਗਿਰਹ ਹੈ ਦਸ ਦਵਾਰ ਹੈ ਜਾ ਕੇ ਇਹਨਸ ਤਸਕਰ ਪੰਜ ਚੋਰ ਲਗਈਆ ਤੇ ਹਰ ਵਕਤ ਜਿਹੜੇ ਤਸਕਰ ਨੇ ਨਾ ਉਹ ਚੋਰੀ ਕਰਨ ਵਾਲੇ ਉਹ ਹਰ ਵਕਤ ਤਿਆਰ ਬੈਠੇ ਨੇ ਬਿਲਕੁਲ ਫਿਰ ਕਿਆ ਧਰਮ ਅਰਥ ਸਭ ਹਿਰਲੇ ਜਾਮ ਹੈ ਜੋ ਧਰਮ ਅਰਥ ਅਰਥ ਦਾ ਮਤਲਬ ਧਨ ਹੁੰਦਾ ਧਰਮ ਦਾ ਧਨ ਧਰਮ ਦਾ ਧਨ ਇਸ ਰੂਪ ਵਿੱਚ ਜਾਣੀਏ ਕਿ ਆਪਾਂ ਕੋਈ ਵੀ ਚੀਜ਼ ਆ ਤੁਸੀਂ ਮਤਲਬ ਅੱਜ ਦਾ ਜ਼ਮਾਨਾ ਕੁਝ ਹੋਰ ਤਰੀਕੇ ਦਾ ਆ ਸਪੋਜ਼ ਇਸ ਇਸ ਤਰੀਕੇ ਨਾਲ ਜਾਣੋ ਜੇ ਮੈਂ ਐਗਜ਼ਾਮਪਲ ਕਰਾਂ ਸਰ ਮੇਰੇ ਸਟੇਟ ਵਿੱਚ ਕੁਝ ਪਿਆਰ ਵਾਲੀ ਫੈਮਿਲੀ ਹੈਗੀ ਐ ਤੇ ਕਾਰੋਬਾਰ ਉਹਨਾਂ ਦਾ ਛੋਟਾ ਜਿਹਾ ਉਹਨਾਂ ਨੇ ਆਪਣਾ ਕੰਮਕਾਰ ਸ਼ੁਰੂ ਕੀਤਾ ਤੋ ਕਾਫੀ ਉਹਦੀ ਆਮਦਨ ਹੋਈ ਚੰਗੇ ਟੰਗ ਦੇ ਨਾਲ ਪਰ ਮੋਸਟਲੀ ਇਨਕਮ ਜਿਹੜੀ ਸੀ ਉਹ ਕੈਸ਼ ਦੀ ਸੀ ਤੋ ਕੈਸ਼ ਦੀ ਇਨਕਮ ਦੇ ਨਾਲ ਡੈਫੀਨਿਟਲੀ ਉਹ ਕੁਛ ਉਹਨਾਂ ਨੂੰ ਬੈਨੀਫਿਟ ਵੀ ਹੋਇਆ ਕੁਛ ਉਹਨਾਂ ਨੇ ਜੋੜਿਆ ਬਣਾਇਆ ਕੁਛ ਕੈਸ਼ ਵੀ ਸੀਗਾ ਉਹਨਾਂ ਦੇ ਕੋਲ ਸਮ ਹਾਉ ਕਈ ਵਾਰੀ ਕੁਦਰਤ ਦਾ ਇੱਕ ਆਪਣਾ ਮੰਜ਼ਰ ਹੁੰਦਾ ਆ ਆ ਬੱਚਾ ਟੀਨੇਜ ਤੋਂ ਅਡਾਲਸੈਂਸ ਏਜ ਵਾਲੇ ਪਾਸੇ ਵੱਧ ਰਿਹਾ ਤੋ ਕਿਸੇ ਇਹੋ ਜੀ ਐਕਟੀਵਿਟੀਜ਼ ਇਨਵੋਲਵ ਹੋ ਗਿਆ कि ड्रग ट्रैफिकिंग ना आ गया हालांकि फैमिली टोटली देर इवन नॉट अवेयर बट इट्स हैपनिंग इन दिदउट विदाउट दे वर नॉट अवेयर अबाउट इट डोंट नो दैट इट्स हैपनिंग विद आवर किट तो जो ये बात हो गई तो डेफिनेटली फिर एकदम अथॉरिटीज इन्वॉल्व हो गई ਜਦੋਂ ਅਥਾਰਟिटीज ਇਨਵੋਲਵ ਹੋ ਗਈਆਂ ਤਾਂ ਕੈਸ਼ ਕੁਝ ਮਿਲ ਗਿਆ ਜਦੋਂ ਰੇਡ ਕੀਤੀ ਕੁਝ ਹੋਰ ਅਕਾਊਂਟਸ ਇਸ ਕਿਸਮ ਦੇ ਸੀ ਜਿਨ੍ਹਾਂ ਦੇ ਵਿੱਚ ਜਿਹੜਾ ਸੀਗਾ ਜਿਹਦਾ ਉਹਨਾਂ ਦੇ ਕੋਲ ਡਿਟੇਲ ਨਹੀਂ ਸੀ ਹੈਗੀ ਤੇ ਹੋਇਆ ਕਿ ਕੁਇਕ ਮਿਸਟੇਕ ਨੇ ਉਹ ਸਾਰੀ ਫੈਮਿਲੀ ਜਿਹੜੀ ਉਹ ਮਤਲਬ ਬਿਲਕੁਲ ਹੌਟ ਵਾਟਰ ਜਿਉਂ ਤਾਰ ਦਿੱਤੀ ਜਦੋਂ ਮੇਰੀ ਬਾਤ ਹੋਈ ਇੱਕ ਵਾਰੀ ਕੁਝ ਰਿਖਲ ਉਸ ਇਨਸੀਡੈਂਟ ਹੋਣ ਤੋਂ ਕੁ ਮਹੀਨਾ ਬਾਅਦ ਤੇ ਉਹ ਕਹਿੰਦੇ ਵੀ ਭਾਈ ਸਾਹਿਬ ਅਸੀਂ ਤੇ ਨਾ ਕੁਝ ਡੇ ਟੂ ਡੇ ਦੇ ਖਰਚੇ ਵੀ ਜਿਹੜੇ ਨੇ ਉਹ ਵੀ ਕਿਤੋਂ ਮੰਗ ਕੇ ਕਰ ਰਹੇ ਆ। ਮੈਂ ਕੀ ਹੋਇਆ? ਇੱਕਦਮ ਕੁਝ ਵੱਡਾ ਕੁਝ ਲਾਸ ਹੋ ਗਿਆ ਉਹਨਾਂ ਫਿਰ ਸਾਰੀ ਗੱਲ ਦੱਸੀ। ਉਹ ਕਹਿੰਦੇ ਜੀ ਇੱਕ ਮਿਸਟੇਕ ਜਿਹੜੀ ਸੀ ਉਹ ਸਾਰਾ ਕੁਝ ਹੀ ਲੈ ਗਈ। ਹੁਣ ਸਾਡੇ ਕੋਲ ਮਤਲਬ ਅਸੀਂ ਜਿੰਨੀ ਮਰਜ਼ੀ ਸਫਾਈ ਦਈਏ ਜਮਨ ਸਾਡੇ ਕੋਲ ਕੁਝ ਹੈ ਹੀ ਨਹੀਂ ਉਸ ਰੂਪ ਦੇ ਵਿੱਚ ਪ੍ਰੂਵ ਕਰਨ ਵਾਸਤੇ। ਸੋ ਇਨ ਬਿਨ ਇਸ ਤਰੀਕੇ ਨਾਲ ਜਾਣੋ ਇਹ ਮੈਂ ਸੰਸਾਰੀ ਐਗਜ਼ਾਮਪਲ ਇਸ ਕਰਕੇ ਕੀਤੀ ਤਾਂ ਕਿ ਬਾਤ ਸਮਝ ਆ ਜਾਏ। ਜੋ ਤੁਸੀਂ ਅਧਿਆਤਮਿਕ ਤਲ ਤੇ ਵੀ ਬਾਤ ਕਰਦੇ ਹਨਾ ਜੀਵਨ ਆਪਨ ਦੇ ਅੰਦਰ ਆਮ ਹਾਲਤਾਂ ਦੇ ਵਿੱਚ ਬੰਦੇ ਦਾ ਇੱਕ ਸੈਲਫ ਕੌਨਫੀਡੈਂਸ ਹੁੰਦਾ ਮੈਂ ਚੰਗਾ ਆਂ ਮੈਂ ਭਲਾ ਆਂ ਹਜ਼ਾਰਾਂ ਨਾਲੋਂ ਤੇ ਚੰਗੇ ਆਂ ਇਸ ਤਰੀਕੇ ਨਾਲ ਇਹ ਬੰਦਾ ਸੋਚ ਕੇ ਚੱਲੀ ਜਾਂਦਾ ਪਰ ਜਿੱਥੇ ਕਿਤੇ ਕੋਈ ਇਸ ਤਰੀਕੇ ਦੀ ਕੋਈ ਛੋਟੀ ਮੋਟੀ ਕਿਤੇ ਮਿਸਟੇਕ ਕੁਝ ਹੋ ਜਾਏ ਫਿਰ ਨੂੰ ਰਿਅਲਾਈਜ਼ ਹੁੰਦਾ ਵੀ oh my goodness ਮੈਂ ਤੇ ਬੜਾ ਬੜਾ ਇਹ ਜਿਆਦਾ ਵਨਰੇਬਲ ਆ ਮੈਨੂੰ ਤੇ ਮਾੜਾ ਜਿਹਾ ਮੌਕਾ ਬਣਿਆ ਨਹੀਂ ਤੇ ਮੇਰੇ ਤੇ ਪੈਰ ਫਿਸਲ ਗਿਆ ਉੱਥੇ ਡਿੱਗਾ ਮੈਂ ਤੇ ਮੇਰੇ ਤੇ ਬਚਾ ਹੀ ਬੜਾ ਮੁਸ਼ਕਲ ਹੈ ਸੋ ਇਹ ਚੀਜ਼ ਜਿਹੜੀ ਹੈ ਇਹ ਉਸ ਉਹ ਚੋਰ ਕਰ ਜਾਂਦੇ ਸਾਡੇ ਅੰਦਰ ਮਹਾਰਾਜ ਨੇ ਬਿਆਨ ਕੀਤਾ ਧਰਮ ਅਰਥ ਸਭ ਹਿਰਲੇ ਜਾਵੇਂ ਇੱਕ ਪਲ ਦੇ ਵਿੱਚ ਉਹ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਮਨਮੁਖ ਅੰਧule ਖਬਰ ਨਾ ਪਈਆ ਤੇ ਮਨ ਦੇ ਅੰਨੇ ਨੂੰ ਕਈ ਵਾਰੀ ਖਬਰ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਬਣ ਕੀ ਗਿਆ ਮੇਰੇ ਨਾਲ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੀ ਹਾਲਤ ਬਣ ਜਾਂਦੀ ਹੈ ਕੰਚਨਕੋਟ ਬਹੁਮਾਨਕ ਪਰਿਆ ਜਾ ਕੇ ਗਿਆਨ ਤਤ ਲਿਬ ਲਈਆ ਆ ਕੀ ਬੰਦਾ ਕਹਿੰਦਾ ਕੀ ਲੁੱਟਿਆ ਜਾਏਗਾ ਕੰਚਨਕੋਟ ਇਹ ਜੀਵਨ ਕੰਚਨ ਆ ਇਸ ਜੀਵਨ ਦੇ ਵਿੱਚ ਮਤਲਬ ਮਾਨਕ ਇਤਨੇ ਕੀਮਤੀ ਪਏ ਨੇ ਹੁਣ ਕਿਸੇ ਦਾ ਸੁਭਾਅ ਦਿਆਲੂ ਹੋਏ ਫੁੱਲ ਵਿਦ ਕੰਪੈਸ਼ਨ ਕਹ ਲਓ ਇਹ ਛੋਟਾ ਮਾਨਕ ਨਹੀਂ ਹੈਗਾ ਤਰਸ ਵਿੱਚ ਆਇਆ ਹੋਇਆ ਬੰਦਾ ਆਪਣੀ ਆਪਣੇ ਆਲੇ ਦੁਆਲੇ ਦੀ ਕਿੰਨਿਆਂ ਦੀ ਮਦਦ ਕਰ ਸਕਦਾ ਆ ਇਹ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਮੈਂ ਡਾਕਟਰ ਗੈਬਰ ਨੂੰ ਸੁਣ ਰਿਹਾ ਸੀਗਾ ਕੈਨੇਡੀਅਨ ਇੱਕ ਬੜਾ ਮਤਲਬ ਹਿਮਨਟੇਰੀਅਰ ਗਰਾਉਂਡ ਤੇ ਕੰਮ ਕਰਨ ਵਾਲਾ ਸ਼ਖਸ ਐਮੈਂਡਮੈਂਟਲ ਹੈਲਥ ਦੇ ਵਿੱਚ ਤੇ ਉਹ ਕੁਝ ਚੀਜ਼ਾਂ ਬਿਆਨ ਕਰਦਾ ਆਪਣੇ ਬਾਰੇ ਵੀ ਉਸ ਨੂੰ ਜਦੋਂ ਮੈਡੀਕਲ ਪ੍ਰੋਫੈਸ਼ਨਲ ਚਲਾ ਗਿਆ ਸਾਰਾ ਕੁਝ ਉਹਦੋਂ ਨੂੰ ਪਤਾ ਲੱਗਾ ਕਿ ਉਹ ਤੇ ਬੜਾ ਏਡੀਡੀ ਦਾ ਬੜਾ ਵਰਸ ਕੇਸ ਆ ਉਸ ਨੂੰ ਤੇ ਮਤਲਬ ਹੋਣਾ ਹੀ ਨਹੀਂ ਚਾਹੀਦਾ ਮੈਡੀਕਲ ਫੀਲਡ ਦੇ ਵਿੱਚ ਉਹ ਆ ਹੀ ਨਹੀਂ ਸਕਦਾ ਜਿ ਜਿੰਨੇ ਉਹਨੇ ਸਾਰੇ ਸਾਇੰਸ ਸਿੰਟਮਸ ਜਿਹੜੇ ਦੇਖਿਓ ਸਾਰੇ ਦੇ ਵਿੱਚ ਉਹ ਕਹਿੰਦਾ ਹੱਦ ਹੋ ਗਈ ਸਾਇੰਸ ਕਿਵੇਂ ਚੁੱਠੀ ਹੋ ਗਈ ਮੇਰੇ ਵਰਗਾ ਬੰਦਾ ਤੇ ਇਹ ਤੇ ਮਤਲਬ ਡੈਫੀਨਿਟਲੀ ਕਿਤੇ ਪੇਸ਼ੈਂਟ ਹੋਏਗਾ ਡਾਕਟਰ ਕਿਵੇਂ ਹੋ ਸਕਦਾ ਜਦੋਂ ਸਾਰੇ ਦੀ ਫਿਰ ਬਾਤ ਕਰਦਾ ਨਾ ਤਾਂ ਕਹਿੰਦਾ ਐਕਚੁਅਲੀ ਗੱਲ ਕੀ ਹੋਈ ਹੈ ਏਰੀ ਮਾਂ ਦਾ ਪਿਆਰ ਆ ਨਾ ਉਹਨੇ ਟਰਾਂਸਫਰਮੇਸ਼ਨ ਕਰ ਦਿੱਤੀ ਉੱਪਰ ਦਿੱਲੀ ਕਰ ਦਿੱਤੀ ਇੱਕ ਐਸੀ ਮਰਮ ਜਿਹੜੀ ਮਾਂ ਦੇ ਜ਼ਿਹਨ ਵਿੱਚੋਂ ਮਾਂ ਦੇ ਹਿਰਦੇ ਵਿੱਚੋਂ ਨਿਕਲੀ ਤੋ ਸਾਰੇ ਜ਼ਖਮਾਂ ਤੇ ਲੱਗਦੀ ਕਿ ਜ਼ਖਮਾਂ ਦੀ ਤਾਪ ਵੀ ਨਹੀਂ ਕਦੀ ਮਹਿਸੂਸ ਹੋਈ ਉਹ ਕਿਤੇ ਦੀ ਕਿਤੇ ਪਹੁੰਚ ਗਿਆ ਜਦੋਂ ਹੁਣ ਜਿੱਥੇ ਪਹੁੰਚਿਆ ਦੇਖਦਾ ਆਪਣੇ ਆਪ ਨੂੰ ਧੋਕੇ ਤੇ ਫਿਰ ਪਤਾ ਲੱਗਦਾ ਮੈਂ ਤਾਂ ਜ਼ਖਮੀਆਂ ਬੜੀ ਬੁਰੀ ਤਰ੍ਹਾਂ ਮੈਂ ਤਾਂ ਸਰਵਾਈਵ ਕਰਨਾ ਤਾਂ ਇੱਕ ਪਾਸੇ ਮੈਂ ਤਾਂ ਖੜਾ ਨਹੀਂ ਹੋ ਸਕਦਾ ਹਾਂ ਇਹ ਕਿੰਨੇ ਇਹ ਕਿੱਡੀ ਵੱਡੀ ਦੌਲਤ ਹੈ ਹੁਣ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਨੁੱਖੀ ਸੂਝ ਦਾ ਹਿੱਸਾ ਨੇ ਬਾਬਾ ਜੀ ਕਹਿੰਦੇ ਸਾਰੇ ਮਾਨਕ ਤੇਰੇ ਕੋਲ ਪਏ ਨੇ ਤੇਰੇ ਕੋਲ ਦਇਆ ਪਈਏ ਪਿਆਰ ਪਿਆ ਧੀਰਜ ਪਿਆ ਬੈਰਾਗ ਪਿਆ ਧਰਮ ਪਿਆ ਸਿਆਣਪ ਵੀ ਸਾਰਾ ਕੁਝ ਪਿਆ ਜੇ ਕਿਤੇ ਉਹ ਪੰਜ ਚੋਰ ਆ ਗਏ ਨਫ਼ਰਤ ਆ ਗਈ ਕੀ ਕਰੇਗੀ ਤੇਰੇ ਚੋਂ ਪਿਆਰ ਮਾਰ ਦੇਗੀ ਹੰਕਾਰ ਆ ਗਿਆ ਕੀ ਮਾਰੇਗੀ ਤੇਰੇ ਚੋਂ ਕਿਸੇ ਨੂੰ ਸਹੀ ਰੂਪ ਵਿੱਚ ਨਿਹਾਰਨ ਦੀ ਪ੍ਰਵਿਰਤੀ ਮਾਰ ਦੇਗੀ ਜੇ ਕਿਤੇ ਤੇਰੇ ਅੰਦਰ ਈਰਖਾ ਦਵੇਖ ਆ ਗਿਆ ਤਾਂ ਹੋਏਗਾ ਕੀ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰ ਦੇਗੀ ਤੇਰੇ ਅੰਦਰ ਸੋ ਆਹੀ ਚੀਜ਼ ਹੈ ਆ ਅਰਥ ਹੈ ਜਿਹੜਾ ਅਸੀਂ ਗਵਾ ਸਕਦੇ ਹਾਂ ਇਸ ਬਚਨ ਨੂੰ ਇਸ ਲਹਿਜ਼ ਵਿੱਚ ਅਸੀਂ ਵਿਲ ਕੀਪ ਔਨ ਐਚਲੀ ਟਾਕਿੰਗ ਟੂਵਰਡ ਦ ਐਂਡ ਆਫ ਦਿਸ ਸ਼ਬਦ ਰਾਈਟ ਨਾਓ ਟਾਈਮ ਇਜ਼ ਓਵਰ ਨਾਓ ਵੀ ਹੈਵ ਟੂ ਲੀਵ ਇਟ ਹੇਅਰ ਥੈਂਕ ਯੂ ਵੈਰੀ ਮੱਚ ਟੂ ਪਾਰਟਿਸਪੇਟ ਐਂਡ ਲਿਸਨ ਔਨ ਸਮਾ ਬਣ ਗਿਆ ਨਾਮ ਸਿਮਰਨ ਦਾ ਆਪ ਉਹਦੇ ਨਾਲ ਸਾਂਝ ਪਾਓ ਮੈਨੂੰ ਇਥੇ ਇਜਾਜ਼ਤ ਦੇਣੀ ਪੁੱਲਾਂ ਗਲਤੀਆਂ ਨਾ ਚਤਾਰਦੇ ਹੋਏ ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ